ਸ਼੍ਰੀ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਪੁਲਿਸ ਰਿਕਰੂਟਮੈਂਟ ਜਿਹੜੀ ਨਿਕਲੀ ਸੀ ਜੀ ਕਾਂਸਟੇਬਲ ਦੀ ਉਹਦੇ ਬਾਰੇ ਗੱਲ ਕਰਾਂਗੇ ਜੀ ਉਹਦੇ ਰਿਜ਼ਲਟ ਦੇ ਬਹੁਤ ਜ਼ਿਆਦੇ ਮੈਸੇਜ ਆ ਰਹੇ ਨੇ ਤੁਹਾਨੂੰ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੇ ਬਹੁਤ ਜ਼ਿਆਦੇ ਮੈਸੇਜ ਆ ਰਹੇ ਨੇ ਮੈਨੂੰ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਕਿ ਸਰ ਮੈਨੂੰ ਟੈਨਸ਼ਨ ਹੈ ਟੈਨਸ਼ਨ ਹੈ ਜੀ ਕਿ ਰਿਜ਼ਲਟ ਦਾ ਪਤਾ ਹੀ ਨਹੀਂ ਕੀ ਬਣੂ ਮਤਲਬ ਕਿ ਇਹ ਗੱਲ ਦਾ ਮੈਂ ਸਮਝ ਗਿਆ ਇਹਨਾਂ ਦੀ ਇਹ ਪੁੱਛ ਰਹੇ ਨੇ ਵੀ ਰਿਜ਼ਲਟ ਕਦੋਂ ਤੱਕ ਆ ਸਕਦਾ ਜੀ ਵੀ ਕੀ ਬਣੂ ਕੀ ਪਾਸ ਹੋਵਾਂ ਕਿਵੇਂ ਹੈ ਜੀ ਇਹ ਟੈਂਸ਼ਨ ਬਹੁਤ ਜ਼ਿਆਦਾ ਲੈ ਰਹੇ ਨੇ ਬੱਚੇ ਜਿਸ ਕਾਰਨ ਮੈਨੂੰ ਵੀਡੀਓ ਬਣਾਉਣੀ ਪਈ ਜੀ ਇਹ ਆ ਇੱਕ ਹੋਰ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਬੇਹਲੇ ਕਹਿੰਦਾ ਸਾਰਾ ਰਿਜ਼ਲਟ ਕਦ ਆਏਗਾ ਜੀ ਮਤਲਬ ਕਿ ਇਸ ਤਰ੍ਹਾਂ ਦੇ ਮੈਸੇਜ ਬਹੁਤ ਜ਼ਿਆਦਾ ਆ ਰਹੇ ਨੇ ਜੀ ਮੈਨੂੰ ਬਾਕੀ ਤੁਸੀਂ ਮੈਸੇਜ ਕਰ ਵੀ ਸਕਦੇ ਹੋ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਅਸੀਂ ਰਿਪਲਾਈ ਕਰਦਿਆ ਕਰਾਂਗੇ ਜੀ ਉਹਦੇ ਤੇ ਕੋਸ਼ਿਸ਼ ਕਰਾਂਗੇ ਜੀ ਵੱਧ ਤੋਂ ਵੱਧ ਰਿਪਲਾਈ ਕਰਨ ਦੀ ਬਾਕੀ ਹੁਣ ਤੁਸੀਂ ਮੇਨ ਗੱਲ ਵੀ ਬਹੁਤ ਬੱਚਾ ਦੇ ਮਨ ਦੇ ਵਿੱਚ ਹੈ ਜੀ ਵੀ ਕਦੋਂ ਤੱਕ ਇਹਦਾ ਰਿਜ਼ਲਟ ਆਊਗਾ ਜੀ ਕਾਂਸਟੇਬਲ ਦਾ ਇਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਣੀ ਕੱਟਆਫ ਦੀ ਵੀਡੀਓ ਬਣਾਈ ਹੋਈ ਹੈ ਜੇ ਤੁਸੀਂ ਦੇਖਣਾ ਚਾਹੋ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ ਸੇਫ ਸਕੋਰ ਬਾਰੇ ਵੀ ਦੱਸਿਆ ਹੋਇਆ ਹੈ ਵੀ ਕਿਹੜੇ ਬੱਚੇ ਸੇਫ ਨੇ ਜੀ ਠੀਕ ਹੈ ਫੁੱਲ ਡਿਟੇਲ ਦੇ ਵਿੱਚ ਦੱਸਿਆ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਹੁਣ ਮੇਨ ਗੱਲ ਆ ਗਈ ਜੀ ਇਹਨੇ ਰਿਜ਼ਲਟ ਦੀ ਜਿਹੜੀ ਮੇਨ ਗੱਲ ਹੈ ਜੀ ਆਪਾਂ ਜੀ ਪੰਜਾਬ ਪੁਲਿਸ ਦੀ ਆਫੀਸ਼ੀਅਲ ਸਾਈਟ ਦੇ ਉੱਤੇ ਪਹੁੰਚ ਚੁੱਕੇ ਹਾਂ ਜੀ ਇਸ ਤੋਂ ਬਾਅਦ ਪਹਿਲਾਂ ਇੱਕ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਵੀ ਆ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਸਬ ਇਨਸਪੈਕਟਰ ਦਾ ਪੇਪਰ ਵੀ ਹੋ ਚੁੱਕਿਆ ਆਪਣਾ ਠੀਕ ਹੈ ਜੀ ਪਰ ਇਸ ਦਾ ਦੁਆਰੋਂ ਪੇਪਰ ਹੋਵੇਗਾ ਹੁਣ ਉਸ ਤੋਂ ਬਾਅਦ ਹੋਇਆ ਜੀ ਹੁਣ ਠੀਕ ਹੈ ਇਹ ਕਾਂਸਟੇਬਲ ਹੋ ਗਿਆ ਉਸ ਤੋਂ ਪਹਿਲਾਂ ਜੀ ਕਾਂਸਟੇਬਲ ਤੋਂ ਪਹਿਲਾਂ ਦੱਸ ਰਿਹਾ ਜੀ ਤੁਹਾਨੂੰ ਕਿੰਨੇ ਪੇਪਰ ਹੋ ਚੁੱਕੇ ਨੇ ਆ ਦੇਖ ਸਕਦੇ ਹੋ ਜੀ ਇੰਟੈਲੀਜੈਂਸ ਅਸਿਸਟੈਂਟ ਦਾ ਵੀ ਹੋ ਚੁੱਕਿਆ ਹੈ ਹੈੱਡ ਕਾਂਸਟੇਬਲ ਦਾ ਵੀ ਹੋ ਚੁੱਕਿਆ ਹੈ ਠੀਕ ਹੈ ਜੀ ਮਤਲਬ ਕਿ ਹਲੇ ਚਾਂਸ ਅਸਲ ਪੁੱਛੂ ਇਹਦੇ ਹੈ ਨਹੀਂ ਹਜੇ ਕਾਂਸਟੇਬਲ ਦੇ ਸ਼ਾਇਦ ਕੋਈ ਚਾਂਸ ਨਹੀਂ ਕਹਿ ਸਕਦੇ ਵੀ ਅਕਤੂਬਰ ਤੱਕ ਲੰਘੇ ਗਿਆ ਜੀ ਸਮਝੋ ਕਿਉਂਕਿ ਹਲੇ ਤਾਂ ਤੁਸੀਂ ਸਮਝ ਸਕਦੇ ਹੋ ਤੁਸੀਂ ਦੇਖ ਸਕਦੇ ਹੋ نیچے ਵੀ ਹਲੇ ਓਬਜੈਕਸ਼ਨ ਲੱਗ ਚੁੱਕੀ ਹੈ ਓਬਜੈਕਸ਼ਨ ਤੋਂ ਬਾਅਦ ਹੁਣ ਹੋਊਗੀ ਜੀ ਨਾਰਮਲਾਈਜੇਸ਼ਨ ਨਾਰਮਲਾਈਜੇਸ਼ਨ ਹੋ ਕੇ ਤੁਹਾਡੇ ਮਾਰਕਸ ਦੀ ਆਊਗੀ ਜੀ ਕੱਟਆਫ ਜਿਹੜੇ-ਜਿਹੜੇ ਕਲੀਅਰ ਹੋਣਗੇ ਜੀ ਠੀਕ ਹੈ ਉਹਨਾਂ ਨੂੰ ਬੁਲਾਇਆ ਜਾਊਗਾ ਜੀ ਉਸ ਤੋਂ ਬਾਅਦ ਫਿਜ਼ੀਕਲ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਡਿਟੇਲ ਵੀ ਦਿੱਤੀ ਹੋਈ ਹੈ ਤੇ ਪਹਿਲਾ ਪੇਪਰ ਹੋ ਗਿਆ ਜੀ ਉਸ ਤੋਂ ਬਾਅਦ ਜੋ ਰਿਜ਼ਲਟ ਰਿਜ਼ਲਟ ਆਗੇ ਫਿਰ ਤੁਹਾਡੇ ਡਾਕੂਮੈਂਟ ਚੈੱਕ ਹੋਣਗੇ ਉਸ ਤੋਂ ਬਾਅਦ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਊਗਾ ਜੀ ਫਿਰ ਫਿਜ਼ੀਕਲ ਸਕਰੀਨਿੰਗ ਟੈਸਟ ਹੋਊਗਾ ਮਤਲਬ ਕਿ ਇਸ ਤਰ੍ਹਾਂ ਦਾ ਹਜੇ ਲੰਮਾ ਪ੍ਰੋਸੈਸ ਹੈ ਜੀ ਦੇਖੋ ਇਹ ਪ੍ਰੋਸੈਸ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਜੀ ਵੀ ਇੱਕੋ ਦਮ ਸਾਰਾ ਕੁਝ ਕਰਕੇ ਸਾਰੀ ਡਿਟੇਲ ਨਾਲ ਦੀ ਨਾਲ ਅਗਲੇ ਕਰ ਦੇਣਗੇ ਜੀ ਕਿਉਂਕਿ ਹੁਣ ਤੁਸੀਂ ਜੇਲ ਬਾਰਡਨ ਦੀ ਦੇਖ ਰਹੇ ਹੋ ਬਹੁਤ ਚੱਲ ਰਿਹਾ ਜੀ ਉਹਦੇ ਵੀ 14 ਤਰੀਕੇ ਤੱਕ ਚੱਲੂਗਾ ਜੀ ਉਹ ਫਿਜ਼ੀਕਲ ਠੀਕ ਹੈ ਜੀ ਉਹ ਪ੍ਰੋਸੈਸ ਹਲੇ ਚੱਲ ਰਿਹਾ ਹੈ ਉਹਨੇ ਇਸ ਤੋਂ ਬਾਅਦ ਲਾ ਲਓ ਹਲੇ ਹੋਰ ਪ੍ਰੋਸੈਸ ਬਾਕੀ ਨੇ ਹੈਡ ਕਨਸਟੇਬਲ ਦਾ ਬਾਕੀ ਹੈ ਠੀਕ ਹੈ ਜੀ ਉਹ ਵੀ ਹਲੇ ਦੇਖਣਾ ਹੈ ਫਿਰ ਇੰਟੈਲੀਜੈਂਸ ਅਸਿਸਟੈਂਟ ਦਾ ਵੀ ਬਾਕੀ ਹੈ ਮਤਲਬ ਹਲੇ ਬਹੁਤ ਸਾਰੇ ਰਿਜ਼ਲਟ ਬਾਕੀ ਨੇ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਕੁਝ ਨਹੀਂ ਪਤਾ ਵੀ ਪਹਿਲਾਂ ਵੀ ਦੇ ਸਕਦੇ ਨੇ ਮਤਲਬ ਤੁਸੀਂ ਆਏ ਲਾ ਲਓ ਜੀ ਨਵੰਬਰ ਮਹੀਨੇ ਦੇ ਵਿੱਚ ਤੁਹਾਡੇ ਆ ਸਕਦਾ ਜੀ ਦੇਖੋ ਠੀਕ ਹੈ ਪੱਕਾ ਦਾ ਨਹੀਂ ਕਹਿ ਸਕਦੇ ਪਰ ਉਹ ਨਵੰਬਰ ਮਹੀਨੇ ਦੇ ਵਿੱਚ ਸਾਰੀ ਕਲੀਅਰ ਕਰ ਦੇਣੀ ਹੈ ਕਿਉਂਕਿ ਹੁਣ ਬਹੁਤ ਛੇਤੀ ਕਰ ਰਹੇ ਨੇ ਤੁਸੀਂ ਆਪੇ ਦੇਖ ਸਕਦੇ ਹੋ ਸਿਰਫ 4 ਦਿਨਾਂ ਦਾ ਟਾਈਮ ਮਿਲਿਆ ਜੀ ਜੇਲ ਵਾਰਡਨ ਵਾਲਿਆਂ ਨੂੰ ਉਸੇ ਤਰ੍ਹਾਂ ਦਾ ਹੁਣ ਪੰਜਾਬ ਪੁਲਿਸ ਦਾ ਕੁਝ ਨਹੀਂ ਕਹਿ ਸਕਦੇ ਕਿੰਨਾ ਟਾਈਮ ਦੇਣਗੇ ਤਾਂ ਕਰਕੇ ਤੁਸੀਂ ਫਿਜ਼ੀਕਲ ਦੀ ਤਿਆਰੀ ਰੱਖੋ ਵੱਧ ਤੋਂ ਵੱਧ ਤਾਂ ਜੋ ਜਦੋਂ ਵੀ ਤੁਹਾਡਾ ਪੇਪਰ ਹੋਵੇਗਾ ਪੇਪਰ ਸੌਰੀ ਫਿਜ਼ੀਕਲ ਹੋਊਗਾ ਉਦੋਂ ਤੁਸੀਂ ਨਾਲ ਦੀ ਨਾਲ ਮਤਲਬ ਕਿ ਉਹਦੇ ਵਾਸਤੇ ਟ੍ਰੇਨਡ ਹੋਵੋ ਠੀਕ ਹੈ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਫਿਜ਼ੀਕਲ ਦੀ ਤਿਆਰੀ ਰੱਖੋ ਫੁੱਲ ਚਾਹੇ ਤੁਹਾਡੇ ਨੰਬਰ ਘਟਣੇ ਚਾਹੇ ਵੱਧਣੇ ਠੀਕ ਹੈ ਜੀ ਕਿਉਂਕਿ ਪਾਸ ਮਾਸਿੰਗ ਤੁਸੀਂ ਇਹਦੇ ਵਿੱਚ ਦੇਖ ਹੀ ਲਿਆ ਤੁਸੀਂ ਜੀ ਵੀ ਕਿੰਨੇ ਆਲਾ ਪਾਸ ਹੈ ਜੀ ਠੀਕ ਹੈ ਇਸ ਲਈ ਮੇਨ ਗੱਲ ਆ ਤੁਸੀਂ ਦੇਖ ਵੀ ਸਕਦੇ ਹੋ 25 ਤੋਂ 30% ਆਲਾ ਪਾਸ ਹੈ ਜੀ ਠੀਕ ਹੈ 25% ਐਕਸ ਸਰਵਿਸਮੈਨ ਵਾਸਤੇ 30% ਆਮ ਜਰਨਲ ਜਿਹੜੇ ਵੀ ਸੀਐਸਸੀ ਉਹ ਸਾਰੇ ਆਉਂਦੇ ਨੇ ਜੀ ਉਹਨਾਂ ਵਾਸਤੇ ਠੀਕ ਹੈ ਹੁਣ ਮੇਨ ਗੱਲ ਇਹ ਹੀ ਆ ਜੀ ਵੀ ਤੁਸੀਂ ਬਤ ਤੋਂ ਬਤ ਤਿਆਰੀ ਰੱਖੋ ਜੇ ਕੋਈ ਹੋਰ ਵੀ ਕੁਐਸਚਨ ਤੁਹਾਡੇ ਮਨ ਦੇ ਵਿੱਚ ਹੈ ਤਾ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਸਾਨੂੰ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਵਧੀਆ ਲੱਗੇ ਤਾਂ ਲਾਈਕ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ WhatsApp ਦੇ ਤੇ ਆਪਣਾ ਨਵਾਂ ਨਵਾਂ ਚੈਨਲ ਹੈ ਜੀ ਇਹਨੂੰ ਸਪੋਰਟ ਕਰਦੇ ਰਹਾ ਕਰੋ ਤੁਹਾਡੇ ਸਪੋਰਟ ਦੀ ਹਲੇ ਬਹੁਤ ਜ਼ਿਆਦਾ ਲੋੜ ਹੈ ਜੀ ਆਪਾਂ ਨੂੰ ਕਿਉਂਕਿ ਸਾਡਾ ਹਜੇ ਚੈਨਲ ਨਵਾਂ ਨਵਾਂ ਹੈ ਜੀ ਫੁੱਲ ਸਪੋਰਟ ਰੱਖੋ ਤਾਂ ਜੋ ਅਸੀਂ ਤੁਹਾਡੇ ਲਈ ਵੀ ਨਵੇਂ-ਨਵੇਂ ਵੀਡੀਓ ਲਿਆਉਣੇ ਆ ਤੇ ਬਾਕੀ ਅਸੀਂ ਛੋਟੀ ਤੋਂ ਛੋਟੀ ਜੌਬ ਵੀ ਤੁਹਾਡੇ ਲਈ ਲਿਆਉਣੇ ਆ ਜੀ ਕਿਉਂਕਿ ਉਹ ਛੋਟੀ ਜੌਬ ਕੋਈ ਵੀ ਛੇਤੀ ਚੈਨਲ ਵਾਲੇ ਪਾਉਂਦੇ ਨਹੀਂ ਜ ਅਸੀਂ ਤੁਹਾਨੂੰ ਛੋਟੀ ਆਫਲਾਈਨ ਜੋਬ ਵੀ ਇਸੇ ਕਰਕੇ ਦਿਖਾਉਣੀ ਆ ਤਾਂ ਤੁਸੀਂ ਆਫਲਾਈਨ ਛੇਤੀ ਭਰਦਿਆ ਕਰੋ ਕਿਉਂਕਿ ਆਫਲਾਈਨ ਜੋਬ ਬਹੁਤ ਘੱਟ ਬੱਚੇ ਭਰਦੇ ਨੇ ਜੀ ਉਹਦੇ ਵਿੱਚ ਚਾਂਸ ਤੁਹਾਡੇ ਵੱਧ ਵੀ ਜਾਂਦੇ ਨੇ ਠੀਕ ਹੈ ਆਫਲਾਈਨ ਜੋਬ ਕਿ ਨਹੀਂ ਥੋੜਾ ਜਿਆ ਦੇਖੋ ਹਲੇ ਆਨਲਾਈਨ ਜੋਬ ਦਾ ਹਰੇਕ ਨੂੰ ਪਤਾ ਲੱਗ ਜਾਂਦਾ ਹਰੇਕ ਭਰ ਦਿੰਦਾ ਜੀ ਠੀਕ ਹੈ ਪਰ ਆਫਲਾਈਨ ਜੋਬ ਬਹੁਤ ਬਹੁਤ ਥਾਂਾਂ ਤੇ ਕਿਸੇ ਨੂੰ ਅੱਧੇ ਨੂੰ ਪਤਾ ਹੀ ਨਹੀਂ ਲੱਗਦਾ ਭਰਨ ਦਾ ਤਾਂ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਆਫਲਾਈਨ ਜੋਬ ਵੀ ਨਾਲ ਦੀ ਨਾਲ ਭਰਦਿਆ ਕਰੀ ਠੀਕ ਹੈ ਜੇ ਹੋਰ ਵੀ ਕੋਈ ਕੁਐਸਚਨ ਹੋਵੇ ਸਾਨੂੰ ਕਮੈਂਟ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਸਬਸ ਧੰਨਵਾਦ ਜੀ